पुंछ। गत वर्षों की ही तरह आज भी गुरु नानक देव प्रकाश उत्सव के उपलक्ष्य में नगर के वार्ड नंबर 4 स्थित गुरुद्वारा बैठक महंत मोहर सिंह में रात्रि दीवान सजाए गए और लंगर का भी आयोजन किया गया, जिसमें गुरुद्वारा कमेटी के चेयरमैन अनमोल सिंह और महासचिव बलबीर सिंह की अगुवाई में सैकड़ों की संख्या में सिख संगत और अन्य समुदायों के लोगों ने भाग लिया। इस अवसर पर जिले के रागी जत्थों ने गुरुवाणी पर आधारित शब्दों का गायन करते हुए गुरु नानक देव के जीवन और उनकी शिक्षाओं को उजागर किया। देर रात तक जारी इस कार्यक्रम में सिख विद्वानों ने गुरु नानक देव के जीवन और उनकी शिक्षाओं पर चलने का आह्वान करते हुए कहा कि गुरु नानक देव जी ने मानवता का संदेश देते हुए सभी समुदायों को अपने अपने धर्म की मर्यादाओं का पालन करने का आह्वान किया है। ਸਮੁੱਚੀ ਸਾਸਨ ਦੀ ਤਰਫੋਂ ਅਸੀਂ ਇਹਨਾਂ ਦੇ ਵੀ ਕਰਵਾਉਂਦੇ ਹਾਂ, ਬੜਾ ਹੀ ਰਸ ਮਿਲਾ ਕੀਰਤਨ ਕਰਦੇ ਹਾਂ। ਅੰਮ੍ਰਿਤ ਵੇਲੇ ਵੀ ਗੁਰਦੁਆਰਾ ਸਿੰਘ ਸਭਾ ਪੁੱਛ ਵਿਖੇ ਕੀਰਤਨ ਕਰਕੇ ਜੋ ਸੰਗਤਾਂ ਨੂੰ ਨਿਹਾਲ ਕਰਦੇ ਹਨ, ਉਹਨਾਂ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਸੁਨੀਲ ਸਿੰਘ ਜੀ, ਜੋ ਕਿ ਗੁਰਦੁਆਰਾ ਨਾਟਕ ਮਨਮੋਹਨ ਸਿੰਘ ਸਾਹਿਬ ਦਾ ਜੱਥਾ ਹੈ, ਉਹਨੂੰ ਬੇਨਤੀ ਕਰਾਂਗਾ ਕੀਰਤਨ 20 ਮਿੰਟਾਂ ਲਈ ਆਪ ਜੀ ਇਹਨਾਂ ਦੇ ਪਾਸੋਂ ਮਨੋਹ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਾਂਗੇ। ਉਹਨਾਂ ਨੂੰ ਬੇਨਤੀ ਆ ਉਸ ਸਟੇਜ 'ਤੇ ਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। Thank you.
ਜਾਣੀ ਨਹੀਂ ਹੋਣਾ ਤੇਰਾ ਫੋਟੋ ਲੈ ਲਿਆ ਸਾ ਅੱਜ ਦਾ ਇਹ ਵਿਸ਼ੇਸ਼ ਦੀਵਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਗੁਰਦੁਆਰਾ ਬੈਠਕ ਮਤਮੋਹਰ ਸਿੰਘ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਧੂਮਧਾਮ ਨਾਲ ਬਣਾਇਆ ਜਾ ਰਿਹਾ ਹੈ। ਕੱਲ੍ਹ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜੋ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਸਟ੍ਰਿਕਟ ਲੈਵਲ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਕਰਦੀ ਹੈ। ਕੱਲ੍ਹ ਦਾ ਪ੍ਰੋਗਰਾਮ ਉੱਥੇ ਹੋਏਗਾ। ਇਹ ਅੱਜ ਦਾ ਵਿਸ਼ੇਸ਼ ਦੀਵਾਨ ਇੱਥੇ ਲਗਾਇਆ ਗਿਆ ਹੈ ਜੋ ਕਿ ਸ਼ਾਮ 7 ਵਜੇ ਤੋਂ ਲੈ ਕੇ ਇਸ ਵੇਲੇ 10 ਵਜੇ ਤੱਕ ਸਾਰਾ ਪ੍ਰੋਗਰਾਮ ਹੈ। ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਿੱਥੇ ਤੱਕ ਗੱਲ ਕੀਤੀ ਜਾਵੇ ਤਾਂ ਉਹ ਇੱਕ ਐਸੇ ਗੁਰੂ ਸਨ ਜਿਨ੍ਹਾਂ ਨੇ ਸਾਰੇ ਮਜ਼ਹਬਾਂ ਨੂੰ ਇੱਕ ਕਰ ਦਿੱਤਾ। ਪਹਿਲੀ ਉਹਨਾਂ ਦੀ ਆਵਾਜ਼ ਸੀ ਕਿ ਜੋ ਵੀ ਇਨਸਾਨ ਹੈ ਮਾਨਸ ਕੀ ਜਾਤ ਸਦਾ ਏਕ ਹੈ ਪਹਿਚਾਣ ਬੋ, ਚਾਹੇ ਉਹ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸਾਰੇ ਧਰਮ ਇੱਕ ਹਨ। ਉਹਨਾਂ ਵਿੱਚ ਉਹਨਾਂ ਦੇ ਅੰਦਰ ਇੱਕ ਜੋਤ ਹੈ। ਸੋ ਅੱਜ ਦਾ ਜੋ ਦਿਨ ਹੈ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਬੈਠਕ ਮਤਮੋਹਰ ਸਿੰਘ ਵਿਖੇ ਇਹ ਜੋ ਦੀਵਾਨ ਸਜਾਇਆ ਜਾ ਰਿਹਾ ਹੈ ਔਰ ਬੜੇ ਧੂਮਧਾਮ ਨਾਲ ਸਾਰੀਆਂ ਸੰਗਤਾਂ ਇਸ 'ਤੇ ਅੱਜ ਪੁੱਜੀਆਂ ਹਨ। ਮੀਡੀਆ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਇੱਥੇ ਪੁੱਜ ਕੇ ਸਾਡੀ ਕਵਰੇਜ ਕੀਤੀ ਹੈ, ਨਾਲ ਕਿ ਨਾਲ ਦੇ ਨਾਲ ਐਡਮਿਨਿਸਟ੍ਰੇਸ਼ਨ ਦੇ ਵੀ ਅਸੀਂ ਧੰਨਵਾਦੀ ਹਾਂ ਤੋ ਜਿਨ੍ਹਾਂ ਨੇ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ ਹੈ। ਹੁਣ ਸਾਡੇ ਕੋਲ ਪੁੱਜੇ ਹਨ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਵਿਚਾਰ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇਖ ਰਹੇ ਹੋ ਕਿ ਮਾਨ ਸਾਹਿਬ ਜੀ ਦੇ ਗੁਰਦੁਆਰੇ ਅੱਜ ਬੜੇ ਹੀ ਹਰ ਸਾਲ ਦੀ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸਿਲਸਿਲੇ ਵਿੱਚ ਇਹ ਜੋ ਪ੍ਰੋਗਰਾਮ ਹੈ ਹਰ ਸਾਲ ਰੱਖਿਆ ਜਾਂਦਾ ਹੈ ਔਰ ਬੜੀ ਹੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਸੰਗਤਾਂ ਜਿਹੜੀਆਂ ਨੇ ਇੱਥੇ ਆ ਕੇ ਪੁੱਜਦੀਆਂ ਨੇ ਔਰ ਕੀਰਤਨ ਰਾਹੀਂ। ਅਤੇ ਇਸ ਵੇਲੇ ਆਪ ਜੀ ਦੇਖ ਰਹੇ ਹੋ ਕਿ ਜੋ ਬਾਹਰ ਤੋਂ ਆਏ ਪ੍ਰਚਾਰਕ ਨੇ ਉਹ ਸੰਗਤਾਂ ਨੂੰ ਇਤਿਹਾਸ ਦੇ ਨਾਲ ਜੋੜ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦਾ ਮਿਸ਼ਨ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ, ਭਾਵ ਕਿ ਮੈਂ ਜ਼ਾਤ ਪਾਤ ਦੀਆਂ ਵੰਡੀਆਂ ਤੋਂ, ਮੈਂ ਧਰਮ ਦੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਇੱਕ ਪਿਤਾ ਏਕਸ ਕੇ ਹਮ ਬਾਰਕ, ਇਹ ਸਿਧਾਂਤ ਜਿਹੜਾ ਸੀ ਉਹਨਾਂ ਨੇ ਸੰਸਾਰ ਦੇ ਵਿੱਚ ਫੈਲਾਇਆ, ਜੋ ਬਹੁਤ ਹੀ ਸੁੰਦਰ ਵਚਨ ਮਹਾਰਾਜ ਨੇ ਬਖਸ਼ਿਸ਼ ਕੀਤੇ ਉਹ ਸੀ ਕਿ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ। ਇਹ ਇੱਕ ਐਸੀ ਸੋਚ, ਇੱਕ ਐਸੀ ਫਲਸਫਾ, ਇੱਕ ਐਸੀ ਫਿਲਾਸਫੀ ਸੰਸਾਰ ਦੇ ਲੋਕਾਂ ਨੂੰ ਦਿੱਤੀ
ਜੇ ਇਸ ਫਲਸਫੇ ਦੇ ਉੱਤੇ ਕੋਈ ਮੁਲਕ ਕੋਈ ਹਕੂਮਤ ਚੱਲਣਾ ਸ਼ੁਰੂ ਕਰ ਦੇਵੇ, ਆਰੰਭ ਕਰੇ, ਤਾਂ ਯਕੀਨਨ ਇਸ ਦੁਨੀਆ ਦੇ ਅੰਦਰ ਕੋਈ ਗਰੀਬ ਨਹੀਂ ਹੋ ਸਕਦਾ ਔਰ ਗਰੀਬੀ ਜਿਹੜੀ ਹੈ ਕਿਧਰੇ ਵੀ ਨਹੀਂ ਹੋ ਸਕਦੀ। ਜੇ ਇਨਸਾਨ ਕਿਰਤ ਕਰਨੀ ਸਿੱਖ ਲਵੇ, ਜੇ ਇਨਸਾਨ ਕਿਰਤ ਕਰਕੇ ਵੰਡ ਕੇ ਛਕਣਾ ਸਿੱਖ ਲਵੇ, ਅਤੇ ਜੇ ਇਨਸਾਨ ਇੱਕ ਅਕਾਲ ਪੁਰਖ ਦੇ ਨਾਲ ਜੁੜ ਜਾਵੇ, ਤਾਂ ਸਾਡੇ ਆਪਸੀ ਭਾਈਚਾਰਾ ਜਿਹੜਾ ਹੈ ਇਹ ਮਜ਼ਬੂਤ ਹੋ ਸਕਦਾ ਹੈ, ਇਹ ਪਰਪੱਕਤਾ ਆ ਸਕਦੀ ਹੈ ਇਹਦੇ ਵਿੱਚ, ਔਰ ਇਹ ਜੋ ਅੱਜ ਦੀ ਅਫਰਾ ਤਫਰੀ ਦਾ ਜੀਵਨ ਅਸੀਂ ਦੇਖ ਰਹੇ ਹਾਂ ਇਹਨੂੰ ਸਮਾਪਤੀ ਹੋ ਸਕਦੀ ਹੈ। ਮੈਂ ਇਸ ਮੌਕੇ 'ਤੇ ਸਮੁੱਚੀਆਂ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਜੋ ਗੁਰਪੁਰਬ ਅਸੀਂ ਮਨਾਉਂਦਾ ਜਾ ਰਹੇ ਹਾਂ, ਕੱਲ੍ਹ ਦਾ ਦਿਨ ਜੋ 15 ਤਰੀਕ ਨੂੰ ਸਾਰੇ ਵਿਸ਼ਵ ਦੇ ਅੰਦਰ ਇਹ ਦਿਨ ਮਨਾਇਆ ਜਾਏਗਾ, ਉਹਦੀਆਂ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਸਾਰੇ ਆਪਣੇ ਨਿੱਜੀ ਕੰਮ ਕਾਜ ਛੱਡ ਕੇ ਜੋ ਕੱਲ੍ਹ ਵਿਸ਼ੇਸ਼ ਦੀਵਾਨ ਸਵੇਰੇ 10 ਵਜੇ ਤੋਂ ਲੈ ਕੇ ਲਗਭਗ 3:30 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਹੋਵੇਗਾ, ਸਾਰੀਆਂ ਸੰਗਤਾਂ ਉੱਥੇ ਪੁੱਜਣ ਦਾ ਉਪਰਾਲਾ ਕਰਨ। ਸਮੂਹ ਪੁੰਛ ਦੀਆਂ ਮੈਨੇਜਮੈਂਟ ਕਮੇਟੀਜ਼ ਨੂੰ ਬੇਨਤੀ ਹੈ ਕਿ ਉਹ ਆਪਣੇ ਜੋ ਗੁਰੂ ਘਰਾਂ ਦੇ ਅੰਦਰ ਪ੍ਰੋਗਰਾਮ ਨੇ ਉਹ ਲਗਭਗ 10 ਵਜੇ ਦੇ ਕਰੀਬ ਉਹ ਸਮਾਪਤੀ ਕਰਕੇ ਸੰਗਤਾਂ ਨੂੰ ਜੋ ਹੈ ਉਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਜਾਣ ਦੀ ਪ੍ਰੇਰਨਾ ਦੇਵਣ, ਤਾਂ ਕਿ ਪ੍ਰੋਗਰਾਮ ਜਿਹੜੇ ਨੇ ਅੱਛੇ ਢੰਗ ਦੇ ਨਾਲ ਸ਼ੁਰੂ ਹੋ ਸਕਣ ਔਰ ਬਾਹਰ ਤੋਂ ਆਏ ਹੋਏ ਰਾਗੀ ਸਿੰਘ, ਬਾਹਰ ਤੋਂ ਆਏ ਹੋਏ ਪ੍ਰਚਾਰਕ ਜਿਹੜੇ ਨੇ ਉਹ ਗੁਰੂ ਇਤਿਹਾਸ ਦੇ ਨਾਲ ਔਰ ਗੁਰ ਕੀਰਤਨ ਦੇ ਨਾਲ ਸੰਗਤਾਂ ਨਾਲ ਕਰਨਗੇ। ਇੱਕ ਵਾਰ ਫਿਰ ਇੱਥੇ ਦੀ ਮੈਨੇਜਮੈਂਟ ਕਮੇਟੀ ਨੂੰ ਬਹੁਤ ਬਹੁਤ ਵਧਾਈ, ਇੱਥੇ ਦੇ ਜੋ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਨੇ ਜੋ ਹੈੱਡਮਾਸਟਰ ਮਹਿੰਦਰ ਸਿੰਘ ਜੀ, ਜੋ ਕਿ ਹਰ ਸਾਲ ਦੀ ਤਰ੍ਹਾਂ ਉਹ ਲੰਗਰ ਦੀ ਸੇਵਾ ਜਿਹੜੀ ਹੈ ਆਪ ਕਰਦੇ ਨੇ ਉਹ ਕਰ ਰਹੇ ਨੇ। ਮਹਾਰਾਜ ਬਖਸ਼ਿਸ਼ ਕਰਨ, ਇਸ ਕਿਸਮ ਦੀ ਸੋਚ ਸਾਡੇ ਅੰਦਰ ਇਹ ਪ੍ਰਬਲਿਤ ਹੋਵੇ ਔਰ ਅਸੀਂ ਕੌਮ ਦੀ ਆਪਣੇ ਦੇਸ਼ ਦੀ ਸੇਵਾ ਕਰਦੇ ਰਹੀਏ। ਵਧ ਕਰਦੀ ਖੇਵਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।